تنكاد منمرا نصر ਪਾਤਸ਼ਾਹ ਗੁਰੂ ਮਹਾਰਾਜ ਜੀ ਫਰਮਾਰੇ ਹੇ ਪੇ ਤੂੰ ਨਾਮ ਧਿਆਵੇਂ ਜੇ ਤੂੰ ਨਾਮ ਸਿਮਰੇ ਜੇ ਤੂੰ ਨਾਮ ਜਪੇ ਜੇ ਤੂੰ ਉਸ ਨਾਮ ਦਾ ਰਤਨ ਕਰੇ ਨਾ ਤੇ ਸਾਹਿਬ ਮਨ ਸੁੱਖ ਫਲ ਪਾ ਸੁੱਖਾਂ ਦੇ ਫਲ ਮਾਨ ਕੇਵਲ ਸੰਸਾਰ ਦੇ ਨਹੀਂ ਨਾਲ ਨਾਲ ਪ੍ਰਲੋਕ ਦੇ ਸੁੱਖਾਂ ਦਾ ਫਲ ਮਾਨ ਪਰ ਕਦੋਂ ਮੰਨਦਾ ਜੋ ਨਾਮ ਧਿਆਵੇਂ ਨਾਮ ਜਪਵੇਂ ਨਾਮ ਸਿਮਰੇ ਸਤਿਗੁਰੂ ਜੀ ਨੇ ਪਵਿੱਤਰ ਸ਼ਬਦ ਦੀਆਂ ਪਵਿੱਤਰ ਪੰਕਤੀਆਂ ਅੰਦਰ ਦਰਸਾਉਂਦੇ ਹੋਏ ਸਰ ਇਹ ਸ਼ਾਸਤਰ ਨੂੰ ਹੋਰ ਦਰਸਾ ਰਹੇ ਨੇ ਸਾਹਿਬ ਉਹਨਾਂ ਦੇ ਕਰ
سہ پادشاہ فرمانا بابا پھر تو تم آیا پھردیاں جمدیاں مردیاں دکھ سکھ ساردیاں 84 لاکھ جن تو ہوں تو بعد تو آیا کتنے آیا ہے تو جیوا ہمیں جنا کے کیڑیاں تو کوڑیاں پٹو پنچھی چھری ہے جیو کوئی جی کہ منک جامے تو منک شریر چایا صاحب نے بابا پھر تو تو آیا دربھ سے کال جگ میں پایا ایسی دلب وسو یہ امورت وسو ہے یہ کئی منی بار بار پراپتی نہیں یہ پراپتی ہے بھی ہے 84 لاکھ جون کو ہوں تو بعد یہ پراپتی ہے تو شاید پاسچا گریمن وائے تمانا پاپا پھر تو آیا دربھ سے کال جگ میں پایا شریر بھی تمہیں ملے تریجو کالیوگ پچھلے یوگا سب دن کی سادنا تپس پربھاگ موکش کدی ملتی ایک ایسا یوگ ہے ایک جنم چ بھی سدگتی پراپت ہو جاتی ایک جنم ہی پرلوک سوال ہوتا ہے ایک جنم چ اپنی تلاشی گرو لا دیتا ہے جنم کے دکھ تو نورت ہو جاتا پاتشاہ جی نے فرمایا نے دلہ دے دلہ سی سی تن کاج پراپت ہوا ہے تے صاحب جی فرمانے پھر ہے او سر اے تن سما اے تن وقت چلے نا اثر دے اپنی آنا پھر ہے او سر چلے نا اثر تے صاحب فرمانے نا سانو فرمانے ਗਰੀਬਨ ਮਾਇ ਮੁਖਾਬਲ ਕਰਕੇ ਦਰਸਾ ਰਹੇ ਨਾ ਫਿਰ ਉਹ ਸਿਰ ਚੜੇ ਨਾਥਾ ਨਾਮ ਜਪੀਏ ਤੋ ਕਾਟੇ ਨਾਮ ਜਪ ਲੈ ਤਾਂ ਗਲੋਂ ਖਾਈ ਕੱਟ ਲੈ ਇਹ ਖਾਈ ਬੜੀ ਲੰਬੀ ਹੈ ਬੜੀ ਜੁਨਾ ਪਕਾਉਂਦੀ ਹੈ 42 ਲੱਖ ਜੂਨ ਖੁਸ਼ਬ ਧਰਤੀ ਤੇ ਹੈ 42 ਲੱਖ ਜੂਨ ਜਲ ਵਿੱਚ ਹੈ ਤੇ ਸਫਾਈ ਚ ਪਿਆਰ ਬਿਜੋਨੇ ਭੋਗਦਾ ਤੋ ਪਾਤਸ਼ਾਹ ਗੁਰੂ ਮਹਾਰਾਜ ਜ਼ਮਾਨਾ ਇਹ ਦੁਰਲਭ ਸਰੀਰ ਪ੍ਰਾਪਤ ਹੋਇਆ ਹੋਇਆ ਵੀ ਕਾਜੂ ਵਿੱਚ ਇਹ ਸਮਾਂ ਫਿਰ ਤੈਨੂੰ ਮਿਲਣਾ ਨਹੀਂ ਬਾਣੀ ਉਹ ਵੀ ਫਰਮਾਉਂਦੀ ਹੈ ਕੋਲੀ ਛੁਟਕੀ ਆਪ ਨਾ ਆਵੇ ਪਹਿਲਾ ਦਿਨ ਹੋਇਆ ਇੱਕ ਵੀ ਸਮਾਂ ਫਿਰ ਤੋਂ ਬੀਤ ਗਿਆ ਨਾ ਇਹ ਤੈਨੂੰ ਮੁੜ ਕੇ ਹੱਥ ਨਹੀਂ ਆਉਣਾ ਸਹਿ ਪਾਤਸ਼ਾਹ ਜ਼ਮਾਨਾ ਫਿਰ ਉਸ ਚੜੀ ਮਾਤਾ ਨਾਮ ਜਪੀਏ ਤੋ ਨਾਮ ਜਪਣ ਤੇ ਸਿਮਰਨ ਨਾਲ ਖਾਈ ਕੱਟੀ ਜਾਂਦੀ ਤੇ ਸਤਿਗੁਰੂ ਪਾਤਸ਼ਾਹ ਜੀ ਪਰਮਾਰੇ ਨੂੰ ਜਾਣ ਕੇ ਸਿਮਰਨ ਹੋ ਤੇ ਆਨੰਦ ਮਿਨ ਸੇ ਜਨਮ ਮਰਨ ਹੈ ਜਨਮ ਮਰਨ ਦਾ ਜਿਹੜਾ ਦੁੱਖ ਮਿਟ ਜਾਂਦਾ ਹੈ ਡਰ ਦੂਰ ਹੋ ਜਾਂਦਾ ਹੈ ਫਿਰ ਹੋਰ ਪਲ ਹੈ ਚਾਰ ਪਦਾਰਥ ਨੌ ਨਿਧ ਪਾਵੇ ਚਾਰ ਪਦਾਰਥ ਧਰਮ ਅਰਥ ਕਾਮ ਮੋਖ ਚਾਰ ਪਦਾਰਥ ਪ੍ਰਾਪਤ ਹੁੰਦੇ ਨੌ ਨਿਧ ਪਾਵੇ ਨਿਧੀਆਂ ਸਿੱਧੀਆਂ ਦੀ ਪ੍ਰਾਪਤ ਹੁੰਦੀ ਸਾਧ ਸੰਗਤ ਜੀ ਸਾਰੇ ਮਾਈ ਭਾਈ ਬੜੇ ਪਿਆਰਿਆਂ ਨਾਲ ਸਤਨਾਮ ਸਤ ਮਹਾਰਾਜ ਸੰਤ ਬਾਬਾ ਮਾਝਾ ਸਿੰਘ ਜੀ ਜਿਹਨਾਂ ਨੇ ਲਗਾਤਾਰ ਸੰਤ ਬਾਬਾ ਕਰਮ ਸਿੰਘ ਜੀ ਦੀ ਲਗਾਤਾਰ ਸੇਵਾ ਕੀਤੀ ਹਰ ਸਾਲ ਦੀ ਆਈ ਪਹੁੰਚ ਕੇ 2 ਸਾਲ ਮੰਦਰ ਦੀ ਸੇਵਾ ਕਰਕੇ 25 ਸਾਲ ਸੇਵਾ ਮਹਾਂਪੁਰਸ਼ਾਂ ਦੀ ਕੀਤੀ ਉਹ ਆਪ ਦੱਸਾਉਂਦੇ ਸਨ ਆਪ ਨਾਲ ਸਨ ਅੱਖੀ ਡਿਟਾ ਆਪ ਦੱਸਾਉਂਦੇ ਸਨ ਮਹਾਂਪੁਰਸ਼ ਦੱਸਾਉਂਦੇ ਸਨ ਕਿ ਬਾਬਾ ਨਗੀਨਾ ਸਿੰਘ ਜੀ ਉਸ ਰਾਜ ਇੱਕ ਪਿੰਡ ਸੀ ਸਾਮੋ ਜਿਹੀ ਬਾਓ ਜਿਹੀ ਉੱਥੇ ਉਹਨਾਂ ਦੇ ਮਨ 'ਚ ਭਾਵਨਾ ਬਣੀ ਇੱਕ ਯੱਗ ਕਰੀਏ ਇਸ ਯੱਗ ਦੇ ਮਹਾਂਪੁਰਸ਼ਾਂ ਨੂੰ ਬੇਨਤੀ ਕਰਕੇ ਮੰਗਾਈ ਜਿਵੇਂ ਆਪ ਸਾਰਾ ਇਲਾਕਾ ਮਹਾਂਪੁਰਸ਼ਾਂ ਨੂੰ ਬੇਨਤੀਆਂ ਕਰਕੇ ਬੜਾ ਸਾਰਾ ਜ਼ੋਰ ਮੇਲਾ ਮਹਾਂਪੁਰਸ਼ਾਂ ਦੀ ਯਾਦ ਸਾਹਿਬਾਂ ਦੀ ਹਾਜ਼ਰੀ ਭਰਦੇ ਹੋ ਸਤਿਗੁਰਾਂ ਦੇ ਦਰਸ਼ਨ ਦੀ ਯਾਦ ਕਰਦੇ ਹੋ ਸਤਿਗੁਰਾਂ ਦੀ ਬਾਣੀ ਪੜ੍ਹਦੇ ਸੁਣਦੇ ਹੋ ਉਹਨਾਂ ਦੀ ਭਾਵਨਾ ਹੋਈ ਸਾਰਾ ਪ੍ਰਬੰਧ ਕਰਕੇ ਮਹਾਂਪੁਰਸ਼ਾਂ ਨੂੰ ਮੰਗਾਇਆ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਤੋਂ ਉਪਰੰਤ ਖੁੱਲ੍ਹੇ ਪੰਡਾਲ ਦੇ ਦੀਵਾਨ ਸਜਿਆ 12 ਵਜੇ ਤੱਕ ਦੀਵਾਨ ਚੱਲਿਆ ਤੋ ਬਾਬਾ ਨਗੀਨਾ ਸਿੰਘ ਜੀ ਕੁਝ ਪ੍ਰੇਮੀ ਮਹਾਂਪੁਰਸ਼ਾਂ ਦੇ ਪਾਸ ਪੁੱਛ ਕੇ ਬੇਨਤੀ ਕੀਤੀ ਬਾਬਾ ਜੀ ਹੁਕਮ ਹੋਵੇ
ਤੇ ਡੰਗਰ ਸੰਸਥਾਨ ਬਹੁਤ ਜ਼ਿਆਦਾ ਡੰਗਰ ਚਲਾ ਦੀਏ ਨਾ ਪਛਤਾਣਗੇ ਸਾਰੇ ਗੁਰੂ ਸਾਹਿਬ ਨੂੰ ਬੁਲਾ ਕੇ ਅਰਦਾਸ ਕਰਕੇ ਪਛਤਾਉਣਾ ਸ਼ੁਰੂ ਕਰ ਸ਼ੁਰੂਆਤ ਹੋ ਗਈ 3 ਵਜੇ ਤੱਕ ਅਟੁੱਟ ਡੰਗਰ ਵਰਤਿਆ ਹੁਣ ਇੱਕ ਚੀਜ਼ ਚੁੜਾ ਕੇ ਚਾਵਲਾਂ ਇੱਕ ਐਸੀ ਕੁਰਸੀ ਸਾਰੇ ਪਦਾਰਥ ਖੁੱਲਦੇ ਜਾ ਰਹੇ ਸੀ ਆਸੇ ਪਾਸੋਂ ਯਤਨ ਬੁਲਾਰਾ ਕੀਤਾ ਥੋੜੇ ਬਹੁਤੇ ਮਿਲੇ ਪਰ ਲੰਗਰ ਭਰਪੂਰ ਹੋਣ ਵਾਸਤੇ ਵਿਸ਼ਵਾਸ ਨੂੰ ਆਇਆ ਮਹਾਂਪੁਰਸ਼ਾਂ ਪਾਸੋਂ ਜੀ ਬੇਨਤੀ ਕੀਤੀ ਬਾਬਾ ਜੀ ਇੱਕ ਵਸਤੂ ਥੋੜ੍ਹੀ ਹੈ ਉਹ ਐਸੀ ਹੈ ਜਿਹਨਾਂ ਸਾਰੀਆਂ ਵਸਤੂ ਥੋੜ੍ਹੀ ਜਾਂਦੀਆਂ ਅਤੇ ਕੀ ਕਰੀਏ ਮਹਾਂਪੁਰਸ਼ ਕੰਧ ਗਏ ਦੀਵਾਨ ਸੱਜਿਆ ਰਹੇ ਚਲੋ ਜਿੱਥੇ ਤੁਸੀਂ ਸਟੋਰ ਕੀਤੇ ਸਨ ਸਾਰੇ ਪਦਾਰਥ ਉੱਤੇ ਚਲੋ ਬਾਬਾ ਜੀ ਨਾਮ ਸੰਤ ਮਹਾਰਾਜ ਸਿੰਘ ਬਾਬਾ ਮਾਝਾ ਸਿੰਘ ਜੀ ਬਾਬਾ ਆਇਆ ਸਿੰਘ ਜੀ ਬਾਬਾ ਰਾਮ ਸਿੰਘ ਜੀ ਬਾਬਾ ਸਾਹਿਬ ਸਿੰਘ ਜੀ ਸਾਰੇ ਮਹਾਂਪੁਰਸ਼ ਨਾਲ ਹੋਰ ਸੰਤਾਂ ਲੋਕੀ ਸੱਜਣ ਨਾਲ ਪਹੁੰਚੇ ਪਹਿਲੇ ਕਮਰੇ ਵੱਲ ਇਸ਼ਾਰਾ ਕੀਤਾ ਬਾਬਾ ਨੇ ਕਹਿੰਦਾ ਸਿੰਘ ਜੀ ਬਾਬਾ ਜੀ ਇਹ ਖੰਡ ਹੋਰ ਮਿਠਾਸ ਦਾ ਭਰੇ ਹੈ ਇਹ ਦੂਜਾ ਸ਼ਿਰੋਗ ਮੈਦਾ ਆਟਾ ਦਿੰਦਾ ਇਹ ਤੀਸਰਾ ਬਾਬਾ ਜੀ ਚਾਵਲਾਂ ਦਾ ਭੰਡਾਰ ਸੀ ਚੌਥਾ ਕਹਿੰਦੇ ਵੈਦਾਂ ਪਸ਼ੂਆਂ ਵਾਸਤੇ ਸੇਵਾ ਵਾਸਤੇ ਛੋਲੇ ਅਤੇ ਜੌਂ ਰੱਖੇ ਹੋਏ ਨੇ ਉਹਨਾਂ ਦੀ ਸੇਵਾ ਵਾਸਤੇ ਤੋ ਹੋਰ ਬਾਬਾ ਜੀ ਕੁਛ ਨਹੀਂ ਸਤ ਮਹਾਰਾਜ ਬਾਬਾ ਕਹਿੰਦੇ ਜਿੰਨਾ ਸਮਝੋ ਕਹਿਣ ਲੱਗੇ ਇਉਂ ਕਰੋ ਤੂੰ ਸਤਿਗੁਰੂ ਪਾਤਸ਼ਾਹ ਜੀ ਹਿਰਦੇ 'ਚ ਚਰਨ ਵਸਾ ਕੇ ਪਿਆਰਾ ਪਿਆਰਾ ਨਾਮ ਆਪਣੀ ਰਸਣਾ 'ਤੇ ਉਚਾਰਨ ਕਰਦੇ ਹੋਏ ਬੰਬੂ ਮਾਰੋ ਤੁਹਾਨੂੰ ਬਾਸਪਤੀ ਦੇ ਸੁੰਦਰ ਚਾਵਲ ਪ੍ਰਾਪਤ ਹੋਣਗੇ ਹੁਣ ਬਾਬਾ ਨੇ ਕਿਹਾ ਸਿੰਘ ਜੀ ਬਾਕੀ ਦੇ ਸਾਰੇ ਗੁਰੂ ਨੂੰ ਦੇਖ ਰਹੇ ਨੇ ਇਹ ਕਿਵੇਂ ਹੋ ਸਕਦਾ ਕਿ ਛੋਲੇ 'ਤੇ ਜੌਂ ਚਾਵਲ ਕਿਵੇਂ ਬਣਨਗੇ ਹਿੰਮਤ ਨਹੀਂ ਇਹ ਕੰਮ ਕੀਤਾ ਜਾਵੇ ਮਹਾਂਪੁਰਸ਼ਾਂ ਫਿਰ ਕੇ ਬਚਨ ਮੰਨੋ ਬੰਬੂ ਮਾਰੋ ਤਾਂ ਸਾਰੇ ਘਬਰਾਏ ਹੋਏ ਸਨ ਤੋਂ ਅੱਗੇ ਹੋ ਕੇ ਬਚਨ ਮੰਨੋ ਤਿਆਰ ਨਹੀਂ ਸੀ ਘਬਰਾਹਟ ਹੈ ਹੀ ਸੀ ਅਤੇ ਛੋਲੇ ਜੌਂ ਹੋਣ ਅਤੇ ਮਹਾਂਪੁਰਸ਼ ਬਚਨ ਕਰ ਬਾਸਮਤੀ ਚਾਵਲ ਇਹ ਕਿਵੇਂ ਹੋ ਸਕਦੇ ਆਪ ਤਾਂ ਢਾਂਕਾ ਲਾਈਆਂ ਚੌਲਾਂ ਦੇ ਛੋਲਿਆਂ ਦੇ ਜੌਂ ਦੀ ਤੀਸਰੀ ਵਾਰੀ ਫਿਰ ਕੇ ਇਹ ਬਚਨ ਮੰਨੀਦਾ ਪਾਤਸ਼ਾਹ ਨੂੰ ਯਾਦ ਕਰੋ ਗੁਰੂ ਦੇ ਚਰਨ ਹਿਰਦੇ ਸਾਹਿਬ ਪਿਆਰਾ ਪਿਆਰਾ ਨਾਮ ਆਪਣੀ ਰਸਮ ਦਾ ਉਚਾਰਨ ਕਰੋ ਅਤੇ ਬੰਬੂ ਮਾਰੋ ਹੁਣ ਬਾਬਾ ਜੀ ਕਿਹਨਾਂ ਸਿੰਘ ਜੀ ਸ਼ਰਧਾਵਾਨ ਸਨ ਮਹਾਂਪੁਰਸ਼ਾਂ ਦੇ ਬਚਨਾਂ ਦੇ ਕੋਈ ਭਰੋਸਾ ਰੱਖਿਆ ਅਤੇ ਸਾਰੇ ਸਾਧੂ ਨੇ ਕਿਹਾ ਕਿ ਮਹਾਂਪੁਰਖ ਕਹਿੰਦੇ ਪਏ ਨੇ ਕਿ ਨਾ ਚਾਵਲ ਨਿਕੇ ਸੀ ਸਾਨੂੰ ਕੀ ਆਨੀ ਅਸੀਂ ਸੰਤਾਂ ਦਾ ਬਚਨ ਬੰਬੂ ਲਿਆ ਜਾ ਕੇ ਗੋਲ 'ਚ ਮਾਰਿਆ ਅਤੇ ਬਾਸਪਤੀ ਦੇ ਵਧੀਆ ਚਾਵਲ ਖਰਾਬ ਭਰਪੂਰ ਲੰਗਰ ਚੜਿਆ ਸ਼ਾਮ ਵੇਲੋ ਹੈ ਤਾਂ ਬੇਨਤੀ ਕੀਤੀ ਬਾਬਾ ਜੀ ਹੁਣ ਚਾਵਲਾਂ ਦੀ ਲੋੜ ਨਹੀਂ ਮੇਰੇ ਪਸ਼ੂ ਦੀ ਸੇਵਾ ਸਾਧ ਮਾਰਨ ਕਰਕੇ ਉਹ ਹੈ ਛੋਲੇ ਹੈ ਕਿਉਂ ਮੁੜ ਕੇ ਦੇਖੇ ਤੇ ਆਪਣਾ ਰੂਪ ਉਤਾਰ ਲਿਆ ਇਹ ਮਹਾਂਪੁਰਸ਼ ਬਾਬਾ ਕਰਮ ਸਿੰਘ ਜੀ ਜਿਹਨਾਂ ਦੇ ਸਾਥ ਨੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਆਪ ਉਹਨਾਂ ਦੇ ਰੂਪ 'ਚ ਜਿੰਨਾ ਚਿਰ ਪਹਿਲਾਂ ਦਿੰਦੇ ਨੇ ਜੀਤੀ 'ਤੇ ਖੜੇ ਨੇ ਜੀਤੀ ਮਨ ਅੰਗਰੇਜ਼ ਅਕਸ਼ ਨੂੰ ਸਰੂਪ ਵੀ ਕੀਤਾ ਹੈ ਜੋ ਪੁੱਛੇ ਉਹ ਵੀ ਦੱਸੇ ਸੰਤਾ ਨਾਮ ਦਾ ਇਹ ਸਤਿਗੁਰੂ ਪਾਤਸ਼ਾਹ ਮਨ ਨਾ ਨਾਮ ਦੀ ਐਸੀ ਬਰਕਤ ਹੈ ਚਾਰ ਪਦਾਰਥ ਨੌ ਨਿਧ ਤਾਵੇ ਹੋਰ ਨਾ ਤ੍ਰਿਸ਼ਨਾ ਭੁੱਖੀ ਨਾ ਕੋਈ ਤ੍ਰਿਸ਼ਨਾ ਰਹਿੰਦੀ ਨਾ ਕੋਈ ਭੁੱਖ ਰਹਿੰਦੀ ਹੈ ਨਾਮ ਕੈਸੀ ਬਰਕਤ ਹੈ ਅਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਗੁਰੂ ਮਹਾਰਾਜ ਰਾਮ ਖੁੰਡਾ ਸਤਿਗੁਰੂ ਜੀ ਫਰਮਾ ਰਹੇ ਨੇ ਨਾਮ ਤੇ ਆਏ ਮੇਰੇ ਨਾਮ ਮੇਰੇ ਨਾਮ ਮੇਰੇ
behind. Sukh phal paen. Saath kar aave. Par sab man athe pae. Jada naam de ras de ras hi hai. Keval log de sukh nahi. ਇਹ ਲੋਕ ਦੇ ਸੁਖ ਸੁਭਾਵਕ ਕਿਉਂਕਿ ਨਾਮ ਕੈਸਾ ਹੈ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇੱਕ ਹੋਰ ਕੁਛ ਸ਼ਬਦ ਦੀ ਪੰਕਤੀ ਫਰਮਾ ਰਹੇ ਨੇ ਨਾਮ ਕੈਸਾ ਹੈ ਸੁਖ ਵੰਜਨ ਤੇ ਨਾ ਤੇਰਾ ਨਾਮ ਜੀ ਵੇ ਸਹਿਬ ਦੁੱਖ ਭਾਂਜਨ ਤੇਰਾ ਨਾਮ ਕੇਵਲ ਸੰਸਾਰ ਦੇ ਦੁੱਖ ਨਹੀਂ ਲੋਕ ਦੀ ਵੀ ਦੁੱਖਾਂ ਦੀ ਨਿਵਿਰਤੀ ਹੁੰਦੀ ਹੈ ਪਰ ਹੁੰਦੀ ਕਦੋਂ ਹੈ ਆਠ ਪੈਰ ਆਰਾਧੀ ਅੱਠੇ ਪੈਰ ਸਤਿਗੁਰ ਦੀ ਯਾਦ ਵਿੱਚ ਜੁੜ ਜਾਂਦਾ ਜੁੜੇ ਕਿਵੇਂ ਪੂਰਨ ਸਤਿਗੁਰ ਗਿਆਨ ਪੂਰਨ ਸਤਿਗੁਰ ਦੇ ਗਿਆਨ ਦੁਆਰਾ ਉਪਦੇਸ਼ ਦੁਆਰਾ ਪ੍ਰੇਰਨਾ ਦੁਆਰਾ ਸਿੱਖਿਆ ਦੁਆਰਾ ਅਸੀਂ ਤੇ ਪਾਤਸ਼ਾਹ ਜੀ ਹਾਂ ਸ਼ੁਰੂਆਤ ਤੋਂ ਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀ ਦਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਗੁਰੂ ਚਾਦਰ ਹੋ ਕੇ ਸੰਗਰੂਪ ਦੇ ਜਸ ਕਰਨਾ ਸੁਣਨਾ ਅਸੀਂ ਜੀ ਪਾਤਸ਼ਾਹ ਜੀ ਹਾਂ ਪੂਰਨ ਸਤਿਗੁਰ ਦੇ ਉਪਦੇਸ਼ ਦੁਆਰਾ ਪ੍ਰੇਰਨਾ ਦੁਆਰਾ ਜਿਹੜਾ ਜਗਿਆਸੂ ਅੱਛੇ ਪੈਰ ਸਤਿਗੁਰ ਦੀ ਯਾਦ ਜੁੜਦੇ ਨਾਮ ਨਾਲ ਜੁੜਦੇ ਸੰਸਾਰ ਦੇ ਦੁੱਖ ਵੀ ਨਿਮਿਤ ਆਉਂਦੇ ਨੇ ਅਤੇ ਇੱਕ ਲੋਕ ਵਿਸ਼ਵਾਲਿਆ ਦਾ ਉਹ ਪਾਤਸ਼ਾਹ ਜਿਹਨੂੰ ਮਾਜ ਮਾਰੇ ਸਨ ਨਾਮ ਧਿਆਇਨ ਸੁਖ ਫਲ ਪਾਇਨ ਆਠ ਪੈਰ ਆਰਾਧੇ ਦੂਜੀ ਪਵਿੱਤਰ ਪੰਕਤੀ ਅੰਦਰ ਤੇਰੀ ਸ਼ਰਨ ਤੇਰੇ ਪਰਵਾਸੇ ਦੁਰਲੈ ਸਭ ਪਾਤਸ਼ਾਹ
سب کچھ تیری سب صدقہ تیرے بھروسے صدقہ پانچ دوست لے سا پانچ جڑے دوست ہیں نا انہوں نے ساتھ دے انہوں نے تیری اثر کر لیا غلام بنا لیا اور تیری سب صدقہ تیری آسے صدقہ یہ پانچ کرے صاحب نے کنہ دی گنتی کرائی صاحب فرما دے اس دے اندر پانچ چور بسے